ਗੇਰੂ ਚੱਲ ਗਿਆ ਮਿੱਟੂ ਜੀ ਇੱਕ ਟਾਪ ਮੋਸਟ ਅਧਿਕਾਰੀ ਰਹੇ ਤਾਂ ਹੁਣ ਉਹਨਾਂ ਨੇ ਕਹਿੰਦੇ ਕਿ ਵੀ ਐਕਸਟੈਂਸ਼ਨ ਵਾਲਾ ਜਿਹਦੀ ਮੰਗਦੇ ਰਹੇ ਐਕਸਟੈਂਸ਼ਨ ਹੁਣ ਮਾਮਲਾ ਟੈਂਸ਼ਨ ਵਾਲਾ ਆ ਗਿਆ ਜੀ ਕਹਿੰਦੇ ਕਿ ਉਤਰੇ ਨੇ ਮੰਗ ਲਈ ਡਿਟੇਲ ਕਿੱਥੇ ਖੜਾ ਮਾਮਲਾ ਦੇਖੋ ਇਹ ਚੀਫ ਸੈਕਟਰੀ ਸੀਗੇ ਜੀ ਜੰਜੂਆ ਸਾਹਿਬ ਜੀ ਵੀ ਕੇ ਜੰਜੂਆ ਜੀ ਹਾਂਜੀ ਹਾਂਜੀ ਵੀ ਕੇ ਜੰਜੂਆ ਜੀ ਪੰਜਾਬ ਸਰਕਾਰ ਦੇ ਬੜੇ ਚੇਤਾਈ ਸੀਗੇ ਇਹਨਾਂ ਦੀ ਐਕਸਟੈਂਸ਼ਨ ਮੰਗੀ ਗਈ ਸੀਗੀ ਕੇਂਦਰ ਸਰਕਾਰ ਕੋਲ ਗਿਆ ਮਾਮਲਾ ਕੇਂਦਰ ਸਰਕਾਰ ਨੇ ਫਿਰ ਗੱਲ ਗੌਲੀ ਨਹੀਂ ਉਹਨਾਂ ਨੇ ਆਖਿਆ ਕਿ ਨਹੀਂ ਐਕਸਟੈਂਸ਼ਨ ਨਹੀਂ ਤਾਂ ਐਕਸਟੈਂਸ਼ਨ ਮਿਲ ਜਾਣੀ ਸੀ ਔਰ ਇਹ ਬਚ ਗਏ ਵਿਜਤੀ ਤੋਂ ਬਚ ਗਏ ਥੋੜੀ ਬਹੁਤ ਹੀ ਹੋਏਗੀ ਜ਼ਿਆਦਾ ਨਹੀਂ ਹੋਏਗੀ ਇੱਕ ਮੈਂ ਰਿਟਾਇਰ ਅਫਸਰ ਹੈ ਬਹੁਤ ਤਗੜੇ ਕਿੰਗਰਾ ਸਾਹਿਬ ਜਿਹੜੇ ਇਹਨਾਂ ਦੇ ਨਾਲ ਹੀ ਹੁੰਦੇ ਸੀ ਹੁਣ ਕਾਂਗਰਸ ਜੁਆਇਨ ਕਰ ਗਿਆ ਜੀ ਉਹਨਾਂ ਦਾ ਪੋਸਟ ਵੀ ਪੜ ਰਿਹਾ ਸੀ ਮੈਂ ਇਸ ਬਾਬਤ ਕਿ ਇੱਕ ਤਾ ਤੁਹਾਡਾ ਨਵਰਾਤਨ ਆ ਪਿਆ ਜੀ ਜੀ ਜਿਹਦੇ ਤੇ ਤੁਸੀਂ ਇੰਨਾ ਜ਼ਿਆਦਾ ਭਰੋਸਾ ਕੀਤਾ ਤੇ ਜਿਹਦੇ ਤੁਸੀਂ ਬਈ ਐਕਸਟੈਂਸ਼ਨ ਤੱਕ ਮੰਗੀ ਆ ਹੋਇਆ ਉਹ ਹੁਣ ਆਲੋਚਕ ਕਰਨੇ ਭਾਈ ਉਹਨਾਂ ਨੇ ਮੁੱਦਾ ਚੁੱਕਣਾ ਪਰ ਜੰਜੂਆ ਸਾਹਿਬ ਦਾ ਜਿਹੜਾ ਮਸਲਾ ਸੀਗਾ ਨਾ ਉਹ ਇਦਾਂ ਆ ਕਿ ਇਹ ਬਚ ਗਏ ਉਹ ਰਿਟਾਇਰ ਹੋ ਗਿਆ ਸੇਵਾ ਮੁਕਤ ਹੋ ਗਿਆ ਪਿੱਛੇ ਜੇ ਉਹਨਾਂ ਨੇ ਸੇਵਾ ਮੁਕਤੀ ਤੋਂ ਬਾਅਦ ਸਥਿਤੀ ਸਾਫ਼ ਕੀਤੀ ਸੀ ਕਿ ਮੈਨੂੰ 2010 ਦੇ ਵਿੱਚ ਇੱਕ ਰਿਸ਼ਵਤ ਕੇਸ 'ਚ ਫਸਾਇਆ ਗਿਆ ਸੀਗਾ ਉਸ ਬਾਬਤ ਹਾਂ ਜੀ ਉਸ ਬਾਬਤ ਭਾਈ ਮੈਨੂੰ ਕਲੀਨ ਚਿੱਟ ਮਿਲ ਗਈ ਯਾਨੀ ਮੈਂ ਅਦਾਲਤ ਚੋਂ ਫਾਰਗ ਹੋ ਗਿਆ ਹੁਣ ਪੇਚ ਇਹ ਫਸਿਆ ਕਿ ਕੋਰਟ ਜਿਹੜਾ ਟ੍ਰਾਇਲ ਕੋਰਟ ਹੁੰਦਾ ਜਿਹਨੂੰ ਆਪਾਂ ਕਹਿੰਦੇ ਜਿੱਥੇ ਮਾਮਲਾ ਚੱਲ ਰਿਹਾ ਹੁੰਦਾ ਜੀ ਟ੍ਰਾਇਲ ਕੋਰਟ ਦੇ ਵਿੱਚ ਜਦੋਂ ਇਹ ਮਾਮਲਾ ਗਿਆ ਕਿਉਂਕਿ ਉਹ ਆਈਐਸ ਸੀਗੇ ਜੀ ਕੋਰਟ ਨੇ ਇਸ ਚੱਕਰ ਚ ਉਹਨਾਂ ਨੂੰ ਫਾਰਗ ਕਰ ਦਿੱਤਾ ਟ੍ਰਾਇਲ ਤੋਂ ਉਹ ਕੋਰਟ ਆਂਦੀ ਕਿ ਜੋ ਵਿਧੀ ਦੇ ਮੁਤਾਬਕ ਜੀ ਅਪਰੂਵਲ ਲੈਣੀ ਹੁੰਦੀ ਆ ਕੇਂਦਰ ਸਰਕਾਰ ਤੋਂ ਨਹੀਂ ਲੈ ਸਕੀ ਸਰਕਾਰ ਪੰਜਾਬ ਦੀ ਜਿਹੜੀ ਆ ਤੇ ਇਸ ਕਰਕੇ ਭਾਈ ਇਹਨਾਂ ਨੂੰ ਲਿਆ ਜਾ ਫਾਰਕ ਕੀਤਾ ਜਾਂਦਾ ਕੇਸ ਤੋਂ ਜੀ ਹੁਣ ਉਸ ਫੈਸਲੇ ਨੂੰ ਹੋ ਗਿਆ ਚੈਲੰਜ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਕਾਫੀ ਤਲਖ ਟਿੱਪਣੀਆਂ ਕੀਤੀਆਂ ਜੀ ਉਹਨਾਂ ਨੇ ਜੰਜੂਆ ਸਾਹਿਬ ਤੇ ਵੀ ਸਵਾਲ ਚੁੱਕੇ ਨੇ ਜੀ ਇੱਕ ਤੇ ਕਿਹਾ ਕਿ ਦੇਖੋ ਪਹਿਲਾਂ ਕਿੰਨੀ ਤਨਖਾਹ ਸੀ ਹੁਣ ਬਾਬੂਆਂ ਦੀ ਕਿੰਨੀ ਤਨਖਾਹ ਹੋਈ ਪਈ ਆ ਪਰ ਇਸ ਤਰ੍ਹਾਂ ਦੇ ਮਾਮਲੇ ਹਾਲੇ ਵੀ ਨਹੀਂ ਰੁਕਦੇ ਦੂਜੀ ਗੱਲ ਇਹ ਹੈ ਕਿ ਜਿਹੜੇ ਪਬਲਿਕ ਸਰਵੰਟ ਆ ਬਾਈ ਇਸ ਤਰ੍ਹਾਂ ਇਹ ਕਰਨਗੇ ਇਹਨਾਂ ਦੇ ਖਿਲਾਫ ਇਹ ਏਡੀ ਛੇਤੀਆਂ ਇਹ ਮਾਮਲੇ ਖਤਮ ਨਹੀਂ ਹੋਣੇ ਚਾਹੀਦੇ ਜੇ ਦੋਸ਼ ਲੱਗੇ ਆ ਗੱਲ ਗਾਂ ਤੱਕ ਜਾਣੀ ਚਾਹੀਦੀ ਆ ਸਭ ਤੋਂ ਵੱਡੀ ਗੱਲ ਕੋਰਟ ਦੀ ਜਿਹੜੀ ਮੈਂ ਇੱਕ ਅਖਬਾਰ ਚ ਪੜ੍ਹੀ ਆ ਉਹ ਇਹ ਸੀਗੇ ਕਿ ਜੰਝੂਆ ਸਾਹਿਬ ਨੇ ਕਿਹਾ ਸੀਗਾ ਕਿ ਦੇਖੋ ਜੀ ਕੋਰਟ ਦਾ ਹੁਕਮ ਹੋਇਆ ਸੀਗਾ ਚੰਡੀਗੜ੍ਹ ਕੋਰਟ ਦਾ ਹੁਕਮ ਹੋਇਆ ਸੀਗਾ ਕਿ ਵਿਜੀਲੈਂਸ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਕਹਿੰਦਾ ਤੁਸੀਂ ਇਹ ਤੇ ਦੱਸ ਦਿੱਤਾ ਬਿਆਨਾਂ ਚ ਪਰ ਇਹ ਗੱਲ ਨਹੀਂ ਦੱਸੀ ਕਿ ਤੁਸੀਂ ਮੁੜ ਕੇ ਉਹ ਸ਼ਿਕਾਇਤ ਵਾਪਸ ਲੈ ਲਈ ਸੀ ਕੋਰਟ ਤੇ ਹੁਣ ਤੁਹਾਨੂੰ ਪਤਾ ਬਾਲ ਦੀ ਖੱਲ ਲਾ ਦਿੰਦਾ ਜੀ ਉਹ ਕਹਿੰਦੇ ਤੁਹਾਡੇ ਤੋਂ ਇਸ ਤਰ੍ਹਾਂ ਦੇ ਬਈ ਵਤੀਰੇ ਦੀ ਅਸੀਂ ਆਸ ਨਹੀਂ ਰੱਖਦੇ ਸਮਝਦੇ ਹੋ ਨਾ ਕਿ ਕੋਰਟ ਦੀ ਇਹ ਟਿੱਪਣੀ ਕਿਸ ਪੱਧਰ ਦੀ ਆ ਇਹ ਉਹ ਤੋਂ ਬਾਅਦ ਹੁਣ ਉਹਨਾਂ ਨੇ ਸਮਾਂ ਤੈਅ ਕਰ ਦਿੱਤਾ ਕਿ ਪੰਜਾਬ ਸਰਕਾਰ ਪ੍ਰਪੋਜ਼ਲ ਭੇਜੇਗੀ ਅੱਗੇ ਕਿਉਂਕਿ ਜਿਹੜਾ ਦੱਸਦੇ ਆ ਕਿ ਇਹਨਾਂ ਨੇ ਪ੍ਰਪੋਜ਼ਲ ਘਲਾਇਆ ਸੀਗਾ ਨਾ ਹੁਣ ਪਤਾ ਨਹੀਂ ਇਸ ਸਰਕਾਰ ਚ ਸੀ ਕਿ ਪਿਛਲੀ ਸਰਕਾਰ ਚ ਸੀ ਇਹ ਨਹੀਂ ਮੈਨੂੰ ਪਤਾ ਇਹਦੀ ਲਿਖੀ ਮਾਂ ਯਾਚਨਾ ਉਹ ਇਹਨਾਂ ਨੇ ਅਧ ਅਧੂਰਾ ਭੇਜਤਾ ਕੇਂਦਰ ਸਰਕਾਰ ਨੇ ਅਪਰੂਵਲ ਨਹੀਂ ਦਿੱਤੀ ਉਹ ਵਿੱਚ ਵਿਚਾਲੇ ਕੰਮ ਰਹਿ ਗਿਆ ਜਿਹਦਾ ਬੈਨੀਫਿਟ ਮਿਲ ਗਿਆ ਜੀ ਹੁਣ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਆਪਦਾ ਬਣਦਾ ਸਰਦਾ ਪ੍ਰਪੋਜ਼ਲ ਘਲਾਓਗੇ ਤੇ ਉਹ ਅਗੋ 3 ਮਹੀਨਿਆਂ ਦੇ ਅੰਦਰ ਅੰਦਰ ਡਿਸੀਜਨ ਲੈ ਕੇ ਸਾਰਾ ਕੁਝ ਕਰਨਗੇ ਸੋ ਆ ਹੁਣ ਕਹਿ ਲੋ ਕਿ ਐਕਸਟੈਂਸ਼ਨ ਵਾਲਾ ਜਿਹੜਾ ਮਾਮਲਾ ਸੀ ਉਹਗਾ ਟੈਂਸ਼ਨ ਤੱਕ ਪਹੁੰਚ ਗਿਆ ਐ ਐਕਸਟੈਂਸ਼ਨ ਤੋਂ ਹੁਣ ਟੈਂਸ਼ਨ ਹਾਂਜੀ 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 ਇਹ ਤਾਂ ਟੈਂਸ਼ਨ ਤਾਂ ਫਿਰ ਕੋਰਟ ਦਾ ਮਸਲਾ ਜਿਹੜਾ ਜਾਂ ਇਸ ਤਰ੍ਹਾਂ ਦਾ ਕੋਈ ਕੇਸ ਦਾ ਮਸਲਾ ਉਹ ਟੈਂਸ਼ਨ ਵਧਾਉਣ ਵਾਲਾ ਹੀ ਹੁੰਦਾ ਜੀ 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 ਬਿਲਕੁਲ ਤੇ ਇਹਦੇ ਨਾਲ ਹੀ ਬਾਈ ਦੇਖੋ ਗੱਲ ਐ ਬਈ ਮਸ਼ਹੂਰੀ ਵੀ ਜ਼ਰੂਰੀ ਹੈ ਮਾਈਂਡ ਨਾ ਕਰਿਆ ਕਰੋ ਕੋਈ ਗੱਲ ਨਹੀਂ ਹੈ ਕਹਿੰਦੇ ਕਿ ਪ੍ਰੋਗਰਾਮ ਦੇ ਵਿੱਚ ਮਸ਼ਹੂਰੀ ਆ ਜਾਂਦੀ ਹੈ ਜੀ ਨਹੀਂ ਨਹੀਂ ਜੀ ਮਸ਼ਹੂਰੀ ਵੀ ਜ਼ਰੂਰੀ ਹੈ ਕਿਉਂਕਿ ਮਸ਼ਹੂਰੀ ਜ਼ਰੂਰੀ ਹੈ ਤਾਂ ਇਹਦੇ ਨਾਲ ਹੀ ਚੋਰੀ ਹੈ ਹਾਂਜੀ ਇਹਦੇ ਨਾਲ ਹੀ ਚੋਰੀ ਜੁੜੀ ਹੁੰਦੀ ਆ ਬੱਚਿਆਂ ਨੂੰ ਵੀ ਖੁਰੋਣਾ ਨਾ ਮੂੰਹ 'ਚ ਪਾਉਣਾ ਦਾਣਾ ਪਾਣੀ ਇਸ ਲਈ ਮਸ਼ਹੂਰੀ ਦਾ ਮਾਈਂਡ ਨਾ ਕਰਿਆ ਕਰੋ ਕੋਈ ਗੱਲ ਨਹੀਂ ਹੈ ਹਾਂਜੀ ਅੱਜ ਜੇ ਬਹੁਤ ਸਾਰੇ ਚੈਨਲ ਚੱਲਦੇ ਆ ਤਾਂ ਉਹ ਇਸ ਮਸ਼ਹੂਰੀ ਦੇ ਸਿਰ ਤੇ ਹੀ ਚੱਲਦੇ ਆ ਜੀ ਮਸ਼ਹੂਰੀ ਜ਼ਰੂਰੀ ਹੈ ਸੋ ਸਾਡੇ ਨਾਲ ਇੰਨਾ ਸਹਿਯੋਗ ਜ਼ਰੂਰ ਕਰੋ ਵੈਸੇ ਆਪ ਜਦੋਂ ਆਪਾਂ ਵੀ ਦੇਖਦੇ ਹੁੰਨੇ ਆ ਕੋਈ ਚੀਜ਼ ਆਪਾਂ ਦੇਖਣੀ ਹੁੰਦੀ ਤਾਂ ਆਪਾਂ ਨੂੰ ਵੀ ਸਕਿਪ ਕਰਨੀ ਪੈਂਦੀ ਆ ਬਾਰ-ਬਾਰ ਕਿ ਯਾਰ ਪਰ ਮੈਂ ਜਿਹੜੀ ਚੀਜ਼ ਮੈਂ ਵੇਨਾ ਸਪੈਸ਼ਲੀ ਐਡ ਉਹਦੇ ਚ ਭਾਵੇਂ ਉਹਨਾਂ ਨੇ ਮਿੰਟ ਦੀ ਪਾਈ ਆ ਭਾਵੇਂ ਕੁਝ ਸਕਿੰਟ ਦੀ ਆਪਾਂ ਕਦੇ ਸਕਿਪ ਨਹੀਂ ਕਰਦੇ ਜਿਹੜੀ ਰੀਜਨਲ ਚੀਜ਼ ਸੁਣਨ ਵਾਲੀ ਆ ਜਾਂ ਜਿੱਥੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਤਾਂ ਉੱਥੇ ਕਹਿੰਦਾ ਕਿ ਯਾਰ ਐਨੀ ਆਲਾ ਤਰੀਨ ਜਾਣਕਾਰੀ ਮਿਲ ਰਹੀ ਆ ਕੋਈ ਬੰਦਾ ਇਨੀ ਮਿਹਨਤ ਲਾ ਕੇ ਵੀਡੀਓ ਬਣਾ ਰਿਹਾ ਪ੍ਰੋਗਰਾਮ ਬਣਾ ਰਿਹਾ ਤਾਂ ਮੈਂ 5 10 ਸਕਿੰਡ 20 ਸਕਿੰਡ ਜਾਂ 1 ਮਿੰਟ ਇਸ ਨੂੰ ਦੇਖ ਕੇ ਇਹਦਾ ਰੈਵਨਿਊ ਵਧਾ ਕੇ ਜਾ ਮ ਘੱਟੋ ਘੱਟ ਇੰਨਾ ਤਾਂ ਕੰਟਰੀਬਿਊਸ਼ਨ ਬਣਦਾ ਹੈ ਨਾ ਮੇਰਾ ਬਿਲਕੁਲ ਬਣਦਾ ਜੀ ਕਿਉਂ ਨਹੀਂ ਬਣਦਾ ਠੀਕ ਹੈ ਨਾ ਜੀ ਕੰਟੈਂਟ ਕ੍ਰੀਏਟ ਕਰਨ ਬੈਠੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਅਹਿਮੀਅਤ ਕੀ ਹੁੰਦੀ ਆ ਜੀ 5 ਮਿੰਟ 10 ਮਿੰਟ ਦਾ ਪ੍ਰੋਗਰਾਮ ਕਰਨ ਵਾਸਤੇ ਕਈ ਵਾਰ 10 10 ਘੰਟੇ ਦੀ ਤਿਆਰੀ ਕਰਨੀ ਪੈਂਦੀ ਆ ਜੀ ਸੋ ਇਹ ਜ਼ਰੂਰ ਇੰਨਾ ਕੋ ਤੁਸੀਂ ਮਤਲਬ ਕਿ ਸਹਿਯੋਗ ਜ਼ਰੂਰ ਕਰਿਆ ਕਰੋ ਇੱਥੇ ਨਹੀਂ ਜਿੱਥੇ ਵੀ ਜਾਣੇ ਜਿੱਥੋਂ ਤੁਹਾਨੂੰ ਬਹੁਤ ਵਧੀਆ ਚੀਜ਼ ਮਿਲਦੀ ਹੈ ਉਸ ਨੂੰ ਕਿਉਂਕਿ ਇਹ ਹਿਸਾਬ ਹੁੰਦਾ ਹੈ ਮਤਲਬ ਕਿ ਟਾਈਮ ਦਾ ਹਿਸਾਬ ਹੁੰਦਾ ਹੈ ਨਾ ਕਿ ਕਿੰਨਾ ਚਿਰ ਤੁਸੀਂ ਉਸ ਮਸ਼ਹੂਰੀ ਨੂੰ ਦੇਖਿਆ ਤੁਹਾਨੂੰ ਸਕਿਪ ਕਰ ਦਿਓ ਕਿਦਾ ਅਗਲੇ ਦਾ ਟਾਈਮ ਉਹ ਨਾ ਨਹੀਂ ਆਏਗਾ ਚਲੋ ਜਿੰਨੇ ਦੇਰ ਤੱਕ ਸਕਿਪ ਜਰੋ ਆਪਸ਼ਨ ਆ ਗਿਆ ਤਾਂ ਕਰ ਦਿਓ ਐਟ ਲੀਸਟ ਉਹਨਾਂ ਚਿਰ 5 10 ਸੈਕਿੰਡ ਤਾਂ ਦੇ ਦੇ 5 10 ਸੈਕਿੰਡ ਉਹ ਵੇਖੋ ਸਿਰਫ ਕਿਉਂਕਿ ਉਹ ਵੀ ਕੰਟਰੀਬਿਊਸ਼ਨ ਹੈ ਕਿਉਂਕਿ ਇਹਦੇ ਨਾਲ ਹੀ ਅੱਜ ਕੱਲ ਤਾਂ ਤੁਹਾਨੂੰ ਪਤਾ ਹੈ ਕੰਟੈਂਟ ਕ੍ਰੀਏਟਰ ਜਿਹੜੇ ਆ ਉਹ ਕਈ ਤੇ ਉਹਨਾਂ ਗੱਡੀਆਂ ਇਸ ਤਰ੍ਹਾਂ ਦੀਆਂ ਲਈ ਫਿਰਦੇ ਆ ਕਿ ਪਾਰਕਿੰਗ 'ਚ ਇੱਕ ਡਾਕਟਰ ਦੀ ਖੜੀ ਹੁੰਦੀ ਹੈ ਇੱਕ ਇੰਜੀਨੀਅਰ ਦੀ ਖੜੀ ਹੁੰਦੀ ਤੇ ਨਾਲ ਉਹਨੇ ਲਿਖਿਆ ਹੁੰਦਾ ਯੂਟਿਊਬਰ ਉਹਦੀ ਗੱਡੀ ਵੱਡੀ ਹੁੰਦੀ ਆ ਹਾਂਜੀ ਹਾਂਜੀ ਇਹ ਵੀ ਹੈ ਨਾ ਇਹ ਵੀ ਹੈ ਜੀ ਜੀ ਬਿਲਕੁਲ ਬਾਕੀ ਭਾਈ ਇਸ ਲਈ ਕੋਈ ਗੱਲ ਨਹੀਂ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਕੰਟ੍ਰਿਬਿਊਟ ਹੀ ਹੁੰਦਾ ਤੁਹਾਡਾ ਇੱਕ ਨਾ ਇੱਕ ਟਾਈਮ ਹੁੰਦਾ ਹੈ ਗਾਂਵ 'ਚ ਕਿਤੇ ਵੀ ਜਾਓ ਨਾ ਤੁਸੀਂ ਕਿਤੇ ਅੱਛਾ ਗੀਤ ਸੁਣ ਰਹੇ ਹੋ ਜੀ ਅੱਛੀ ਕੋਈ ਜਾਣਕਾਰੀ ਸੁਣ ਰਹੇ ਹੋ ਤਾਂ ਜ਼ਰੂਰ ਇਹਨਾਂ ਕੋ ਕਰ ਦੋ ਕਿ ਘੱਟੋ ਘੱਟ ਐਟ ਲੀਸਟ ਉਸਕੇ ਪਾਲਾ ਆਉਂਦੇ ਹਾਂ ਤੱਕ ਉਹ ਦੇਖ ਲਓ ਕੋਈ 5 10 ਸਕਿੰਟ ਇਹੋ ਇੰਨਾ ਕੀ ਆ। ਵੈਸੇ ਆਪਾਂ ਕਹਿੰਦੇ ਹਾਂ ਨੇ ਫ੍ਰੀ ਚ ਫ੍ਰੀ ਚ ਕੁਝ ਨਹੀਂ ਹੁੰਦਾ ਡਾਟਾ ਤੇ ਆਪਣਾ ਲੱਗ ਰਿਹਾ ਹੁੰਦਾ ਟਾਈਮ ਲੱਗ ਰਿਹਾ ਹੁੰਦਾ ਫ੍ਰੀ ਚ ਕੁਝ ਨਹੀਂ ਮਿਲਦਾ ਆਪਾਂ ਨੂੰ। ਜੀ ਜੀ ਜੀ। ਬਾਕੀ ਕੋਈ ਗੱਲ ਨਹੀਂ ਭਾਈ ਗੁੱਸਾ ਨਾ ਕਰੇ ਨਿੱਕੇ ਨਿੱਕੇ ਕਰਦਾ ਨੇ। ਕਹਾਦਾ ਇਹ ਗੁੱਸਾ ਕਰਨ ਵਾਲੇ ਹੈ ਹੀ ਨਹੀਂ ਆਪਾਂ ਨੂੰ। ਹਾਂਜੀ ਹਾਂਜੀ ਹਾਂਜੀ। ਅੱਗੇ ਨੂੰ ਚੱਲੀਏ ਮਿੰਟੂ ਜੀ। ਇੱਕ ਟੌਪ ਮੋਸਟ ਅਧਿਕਾਰੀ ਰਹੇ ਤਾਂ ਹੁਣ ਉਹਨਾਂ ਨੇ ਕਹਿੰਨੇ ਕਿ ਵੀ ਐਕਸਟੈਂਸ਼ਨ ਵਾਲਾ ਜਿਹਦੀ ਮੰਗਦੇ ਰਹੇ ਐਕਸਟੈਂਸ਼ਨ ਹੁਣ ਮਾਮਲਾ ਟੈਂਸ਼ਨ ਵਾਲਾ ਆ ਗਿਆ ਜੀ ਕਹਿੰਦੇ ਕਿ ਉਤਰੇ ਨੇ ਦੇਖੋ ਇਹ ਚੀਫ ਸੈਕਟਰੀ ਸੀਗੇ ਜੀ ਜੰਜੂਆ ਸਾਹਿਬ ਜੀ ਵੀ ਕੇ ਜੰਜੂਆ ਜੀ ਹਾਂਜੀ ਹਾਂਜੀ ਵੀ ਕੇ ਜੰਜੂਆ ਜੀ ਪੰਜਾਬ ਸਰਕਾਰ ਦੇ ਬੜੇ ਚੇਤਾਜ ਸਗੇ ਇਹਨਾਂ ਦੀ ਐਕਸਟੈਂਸ਼ਨ ਮੰਗੀ ਗਈ ਸੀਗੀ ਕੇਂਦਰ ਸਰਕਾਰ ਕੋਲ ਗਿਆ ਮਾਮਲਾ ਕੇਂਦਰ ਸਰਕਾਰ ਨੇ ਫਿਰ ਗੱਲ ਗੋਲੀ ਨਹੀਂ ਉਹਨਾਂ ਨੇ ਆਖਿਆ ਕਿ ਨਹੀਂ ਐਕਸਟੈਂਸ਼ਨ ਨਹੀਂ ਤਾਂ ਐਕਸਟੈਂਸ਼ਨ ਮਿਲ ਜਣੀ ਸੀ ਔਰ ਇਹ ਬਚ ਗਏ ਬਿਜਤੀ ਤੋਂ ਬਾਅਦ ਹੈ ਥੋੜੀ ਬਹੁਤ ਹੀ ਹੋਏਗੀ ਜਿਆਦਾ ਨਹੀਂ ਹੋਏਗੀ ਇੱਕ ਮੈਂ ਰਿਟਾਇਰ ਅਫਸਰ ਹੈ ਬਹੁਤ ਤਗੜੇ ਕਿੰਗਰਾ ਸਾਹਿਬ ਜਿਹੜੇ ਇਹਨਾਂ ਦੇ ਨਾਲ ਹੀ ਹੁੰਦੇ ਸੀ ਹੁਣ ਕਾਂਗਰਸ ਜੁਆਇਨ ਕਰ ਗਿਆ ਜੀ ਉਹਨਾਂ ਦਾ ਪੋਸਟ ਵੀ ਪੜ ਰਿਹਾ ਸੀ ਮੈਂ ਇਸ ਬਾਬਤ ਕਿ ਇੱਕ ਤੇ ਆ ਤੁਹਾਡਾ ਨਵਰਾਤਨ ਆ ਪਿਆ ਜੀ ਜੀ ਜਿਹਦੇ ਤੇ ਤੁਸੀਂ ਇੰਨਾ ਜਿਆਦਾ ਭਰੋਸਾ ਕੀਤਾ ਤੇ ਜਿਹਦੇ ਤੁਸੀਂ ਬਈ ਐਕਸਟੈਂਸ਼ਨ ਤੱਕ ਮੰਗੀ ਆ ਹੋਇਆ ਉਹ ਹੁਣ ਹਾਂਜੀ ਹਾਂਜੀ ਉਹਨਾਂ ਨੇ ਮੁੱਦਾ ਚੁੱਕਣਾ ਪਰ ਜੰਜੂਆ ਸਾਹਿਬ ਦਾ ਜਿਹੜਾ ਮਸਲਾ ਸੀਗਾ ਨਾ ਉਹ ਇਦਾਂ ਆ ਕਿ ਇਹ ਬਚ ਗਏ ਉਹ ਰਿਟਾਇਰ ਹੋ ਗਿਆ ਸੇਵਾ ਮੁਕਤ ਹੋ ਗਿਆ ਪਿੱਛੇ ਜੇ ਉਹਨਾਂ ਨੇ ਇਹ ਸੇਵਾ ਮੁਕਤੀ ਤੋਂ ਬਾਅਦ ਸਥਿਤੀ ਸਾਫ਼ ਕੀਤੀ ਸੀ ਕਿ ਮੈਨੂੰ 2010 ਦੇ ਵਿੱਚ ਇੱਕ ਰਿਸ਼ਵਤ ਕੇਸ 'ਚ ਫਸਾਇਆ ਗਿਆ ਸੀਗਾ ਉਸ ਬਾਬਤ ਹਾਂਜੀ ਉਸ ਬਾਬਤ ਭਾਈ ਮੈਨੂੰ ਕਲੀਨ ਚਿੱਟ ਮਿਲ ਗਈ ਯਾਨੀ ਮੈਂ ਅਦਾਲਤ 'ਚੋਂ فارਗ ਹੋ ਗਿਆ ਹੁਣ ਪੇਚ ਇਹ ਫਸਿਆ ਕਿ ਕੋਰਟ ਜਿਹੜਾ ਟ੍ਰਾਇਲ ਕੋਰਟ ਹੁੰਦਾ ਜਿਹਨੂੰ ਆਪਾਂ ਕਹਿੰਦੇ ਜਿੱਥੇ ਮਾਮਲਾ ਚੱਲ ਰਿਹਾ ਹੁੰਦਾ ਜੀ ਟ੍ਰਾਇਲ ਕੋਰਟ ਦੇ ਵਿੱਚ ਜਦੋਂ ਇਹ ਮਾਮਲਾ ਗਿਆ ਕਿਉਂਕਿ ਉਹ ਆਈਐਸ ਸੀਗੇ ਜੀ ਕੋਰਟ ਨੇ ਇਸ ਚੱਕਰ ਚ ਉਹਨਾਂ ਨੂੰ ਫਾਰਗ ਕਰ ਦਿੱਤਾ ਟ੍ਰਾਇਲ ਤੋਂ ਉਹ ਕੋਰਟ ਆਂਦੀ ਕਿ ਜੋ ਵਿਧੀ ਦੇ ਮੁਤਾਬਕ ਜੀ ਅਪਰੂਵਲ ਲੈਣੀ ਹੁੰਦੀ ਆ ਕੇਂਦਰ ਸਰਕਾਰ ਤੋਂ ਨਹੀਂ ਲੈ ਸਕੀ ਸਰਕਾਰ ਪੰਜਾਬ ਦੀ ਜਿਹੜੀ ਆ ਤੇ ਇਸ ਕਰਕੇ ਭਾਈ ਇਹਨਾਂ ਨੂੰ ਲਿਆ ਜਾ ਫਾਰਕ ਕੀਤਾ ਜਾਂਦਾ ਕੇਸ ਤੋਂ ਜੀ ਹੁਣ ਉਸ ਫੈਸਲੇ ਨੂੰ ਹੋ ਗਿਆ ਚੈਲੰਜ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਕਾਫੀ ਤਲਖ ਟਿੱਪਣੀਆਂ ਕੀਤੀਆਂ ਜੀ ਉਹਨਾਂ ਨੇ ਜੰਜੂਆ ਸਾਹਿਬ ਤੇ ਵੀ ਸਵਾਲ ਚੁੱਕੇ ਨੇ ਜੀ ਇੱਕ ਤੇ ਇਹ ਕਿਹਾ ਕਿ ਦੇਖੋ ਪਹਿਲਾਂ ਕਿੰਨੀ ਤਨਖਾਹ ਸੀ ਹੁਣ ਬਾਬੂਆਂ ਦੀ ਕਿੰਨੀ ਤਨਖਾਹ ਹੋਈ ਪਈ ਆ ਪਰ ਇਸ ਤਰ੍ਹਾਂ ਦੇ ਮਾਮਲੇ ਹਾਲੇ ਵੀ ਨਹੀਂ ਰੁਕਦੇ ਦੂਜੀ ਗੱਲ ਇਹ ਆ ਕਿ ਜਿਹੜੇ ਪਬਲਿਕ ਸਰਵੰਟ ਹੈ ਬਈ ਇਸ ਤਰ੍ਹਾਂ ਇਹ ਕਰਨਗੇ ਇਹਨਾਂ ਦੇ ਖਿਲਾਫ ਏਡੀ ਛੇਤੀਆਂ ਇਹ ਮਾਮਲੇ ਖਤਮ ਨਹੀਂ ਹੋਣੇ ਚਾਹੀਦੇ ਜੇ ਦੋਸ਼ ਲੱਗੇ ਗੱਲ ਗਾਂ ਤੱਕ ਜਾਣੀ ਚਾਹੀਦੀ ਆ ਸਭ ਤੋਂ ਵੱਡੀ ਗੱਲ ਕੋਰਟ ਦੀ ਜਿਹੜੀ ਮੈਂ ਅਖਬਾਰ ਚ ਪੜ੍ਹੀ ਆ ਉਹ ਇਹ ਸੀਗੇ ਕਿ ਜੰਝੂਆ ਸਾਹਿਬ ਨੇ ਕਿਹਾ ਸੀਗਾ ਕਿ ਦੇਖੋ ਜੀ ਕੋਰਟ ਦਾ ਹੁਕਮ ਹੋਇਆ ਸੀਗਾ ਚੰਡੀਗੜ੍ਹ ਕੋਰਟ ਦਾ ਹੁਕਮ ਹੋਇਆ ਸੀਗਾ ਕਿ ਵਿਜੀਲੈਂਸ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਕਹਿੰਦੇ ਤੁਸੀਂ ਇਹ ਤੇ ਦੱਸ ਦਿੱਤਾ ਬਿਆਨਾਂ ਚ ਪਰ ਇਹ ਗੱਲ ਨਹੀਂ ਦੱਸੀ ਕਿ ਤੁਸੀਂ ਮੁੜ ਕੇ ਉਹ ਸ਼ਿਕਾਇਤ ਵਾਪਸ ਲੈ ਲਈ ਸੀ ਕੋਰਟ ਤੇ ਹੁਣ ਤੁਹਾਨੂੰ ਪਤਾ ਵਾਲ ਦੀ ਖਲ ਲਾ ਦਿੰਦਾ ਜੀ ਉਹ ਕਹਿੰਦੇ ਤੁਹਾਡੇ ਤੋਂ ਇਸ ਤਰ੍ਹਾਂ ਦੇ ਬਈ ਵਤੀਰੇ ਦੀ ਅਸੀਂ ਆਸ ਨਹੀਂ ਰੱਖਦੇ ਸਮਝਦੇ ਹੋ ਨਾ ਕਿ ਕੋਰਟ ਦੀ ਇਹ ਟਿੱਪਣੀ ਕਿਸ ਪੱਧਰ ਦੀ ਆ ਇਹ ਉਹ ਤੋਂ ਬਾਅਦ ਹੁਣ ਉਹਨਾਂ ਨੇ ਸਮਾਂ ਤੈਅ ਕਰ ਦਿੱਤਾ ਕਿ ਪੰਜਾਬ ਸਰਕਾਰ ਪ੍ਰਪੋਜ਼ਲ ਭੇਜੇਗੀ ਅੱਗੇ ਕਿਉਂਕਿ ਜਿਹੜਾ ਦੱਸਦੇ ਆ ਕਿ ਇਹਨਾਂ ਨੇ ਪ੍ਰਪੋਜ਼ਲ ਘਲਾਇਆ ਸੀਗਾ ਨਾ ਹੁਣ ਪਤਾ ਨਹੀਂ ਇਸ ਸਰਕਾਰ ਚ ਸੀ ਕਿ ਪਿਛਲੀ ਸਰਕਾਰ ਚ ਸੀ ਇਹ ਨਹੀਂ ਮੈਨੂੰ ਪਤਾ ਇਹਦੀ ਲਿਖੀ ਮਾਂ ਯਾਚਨਾ ਉਹ ਇਹਨਾਂ ਨੇ ਅਧ ਅਧੂਰਾ ਭੇਜਤਾ ਕੇਂਦਰ ਸਰਕਾਰ ਨੇ ਅਪਰੂਵਲ ਨਹੀਂ ਦਿੱਤੀ ਉਹ ਵਿੱਚ ਵਿਚਾਲੇ ਕੰਮ ਰਹਿ ਗਿਆ ਜਿਹਦਾ ਬੈਨੀਫਿਟ ਮਿਲ ਗਿਆ ਜੀ ਹੁਣ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਆਪਦਾ ਬਣਦਾ ਸਰਦਾ ਪ੍ਰਪੋਜ਼ਲ ਘਲਾਓਗੇ ਤੇ ਉਹ ਅਗੋ 3 ਮਹੀਨਿਆਂ ਦੇ ਅੰਦਰ ਅੰਦਰ ਡਿਸੀਜਨ ਲੈ ਕੇ ਸਾਰਾ ਕੁਝ ਕਰਨਗੇ ਸੋ ਆ ਹੁਣ ਕਹਿ ਲੋ ਕਿ ਐਕਸਟੈਂਸ਼ਨ ਵਾਲਾ ਜਿਹੜਾ ਮਾਮਲਾ ਸੀ ਉਹ ਗਾ ਟੈਂਸ਼ਨ ਤੱਕ ਪਹੁੰਚ ਗਿਆ ਐ ਐਕਸਟੈਂਸ਼ਨ ਤੋਂ ਹੁਣ ਟੈਂਸ਼ਨ ਹਾਂਜੀ 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 ਤਾਂ ਟੈਂਸ਼ਨ ਤਾਂ ਫਿਰ ਕੋਰਟ ਦਾ ਮਸਲਾ ਜਿਹੜਾ ਜਾਂ ਇਸ ਤਰ੍ਹਾਂ ਦਾ ਕੋਈ ਕੇਸ ਦਾ ਮਸਲਾ ਉਹ ਟੈਂਸ਼ਨ ਵਧਾਉਣ ਵਾਲਾ ਹੀ ਹੁੰਦਾ ਜੀ 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 ਬਿਲਕੁਲ ਤੇ ਇਹਦੇ ਨਾਲ ਹੀ ਬਾਈ ਦੇਖੋ ਗੱਲ ਐ ਬਾਈ ਮਸ਼ਹੂਰੀ ਵੀ ਜ਼ਰੂਰੀ ਹੈ ਮਾਈਂਡ ਨਾ ਕਰਿਆ ਕਰੋ ਕੋਈ ਗੱਲ ਨਹੀਂ ਹੈ ਕਹਿੰਦੇ ਕਿ ਪ੍ਰੋਗਰਾਮ ਦੇ ਵਿੱਚ ਮਸ਼ਹੂਰੀ ਆ ਜਾਂਦੀ ਹੈ ਜੀ ਨਹੀਂ ਨਹੀਂ ਜੀ ਮਸ਼ਹੂਰੀ ਵੀ ਜ਼ਰੂਰੀ ਹੈ ਕਿਉਂਕਿ ਮਸ਼ਹੂਰੀ ਜ਼ਰੂਰੀ ਹੈ ਤਾਂ ਇਹਦੇ ਨਾਲ ਹੀ ਚੋਰੀ ਹੈ ਹਾਂਜੀ ਇਹਦੇ ਨਾਲ ਹੀ ਚੋਰੀ ਜੁੜੀ ਹੁੰਦੀ ਆ ਬੱਚਿਆਂ ਨੂੰ ਵੀ ਖੁਰੋਣਾ ਨਾ ਮੂੰਹ 'ਚ ਪਾਉਣਾ ਦਾਣਾ ਪਾਣੀ ਇਸ ਲਈ ਮਸ਼ਹੂਰੀ ਦਾ ਮਾਈਂਡ ਨਾ ਕਰਿਆ ਕਰੋ ਕੋਈ ਗੱਲ ਨਹੀਂ ਹੈ ਹਾਂਜੀ ਅੱਜ ਜੇ ਬਹੁਤ ਸਾਰੇ ਚੈਨਲ ਚੱਲਦੇ ਆ ਤਾਂ ਉਹ ਇਸ ਮਸ਼ਹੂਰੀ ਦੇ ਸਿਰ ਤੇ ਹੀ ਚੱਲਦੇ ਆ ਜੀ ਮਸ਼ਹੂਰੀ ਜ਼ਰੂਰੀ ਹੈ ਸੋ ਸਾਡੇ ਨਾਲ ਇੰਨਾ ਸਹਿਯੋਗ ਜ਼ਰੂਰ ਕਰੋ ਵੈਸੇ ਆਪ ਜਦੋਂ ਆਪਾਂ ਵੀ ਦੇਖਦੇ ਹੁੰਨੇ ਆ ਕੋਈ ਚੀਜ਼ ਆਪਾਂ ਦੇਖਣੀ ਹੁੰਦੀ ਤਾਂ ਆਪਾਂ ਨੂੰ ਵੀ ਸਕਿਪ ਕਰਨੀ ਪੈਂਦੀ ਆ ਬਾਰ-ਬਾਰ ਕਿ ਯਾਰ ਪਰ ਮੈਂ ਜਿਹੜੀ ਚੀਜ਼ ਮੈਂ ਵੇਨਾ ਸਪੈਸ਼ਲੀ ਐਡ ਉਹਦੇ ਚ ਭਾਵੇਂ ਉਹਨਾਂ ਨੇ ਮਿੰਟ ਦੀ ਪਾਈ ਆ ਭਾਵੇਂ ਕੁਝ ਸਕਿੰਟ ਦੀ ਆਪਾਂ ਕਦੇ ਸਕਿਪ ਨਹੀਂ ਕਰਦੇ ਜਿਹੜੀ ਰੀਜਨਲ ਚੀਜ਼ ਸੁਣਨ ਵਾਲੀ ਆ ਜਾਂ ਜਿੱਥੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਤਾਂ ਉੱਥੇ ਕਹਿੰਦਾ ਕਿ ਯਾਰ ਇੰਨੀ ਆਲਾ ਤਰੀਨ ਜਾਣਕਾਰੀ ਮਿਲ ਰਹੀ ਆ ਕੋਈ ਬੰਦਾ ਇਨੀ ਮਿਹਨਤ ਲਾ ਕੇ ਵੀਡੀਓ ਬਣਾ ਰਿਹਾ ਪ੍ਰੋਗਰਾਮ ਬਣਾ ਰਿਹਾ ਤਾਂ ਮੈਂ 5 10 ਸਕਿੰਡ 20 ਸਕਿੰਡ ਜਾਂ 1 ਮਿੰਟ ਇਸ ਨੂੰ ਦੇਖ ਕੇ ਇਹਦਾ ਰੈਵਨਿਊ ਵਧਾ ਕੇ ਜਾਮਾ ਘੱਟੋ ਘੱਟ ਇਨਾ ਤਾਂ ਕੰਟਰੀਬਿਊਸ਼ਨ ਬਣਦਾ ਹੈ ਨਾ ਮੇਰਾ ਬਿਲਕੁਲ ਬਣਦਾ ਜੀ ਕਿਉਂ ਨਹੀਂ ਬਣਦਾ ਠੀਕ ਹੈ ਨਾ ਜੀ ਕੰਟੈਂਟ ਕ੍ਰੀਏਟ ਕਰਨ ਬੈਠੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਅਹਿਮੀਅਤ ਕੀ ਹੁੰਦੀ ਆ ਜੀ 5 ਮਿੰਟ 10 ਮਿੰਟ ਦਾ ਪ੍ਰੋਗਰਾਮ ਕਰਨ ਵਾਸਤੇ ਕਈ ਵਾਰ 10 10 ਘੰਟੇ ਦੀ ਤਿਆਰੀ ਕਰਨੀ ਪੈਂਦੀ ਆ ਜੀ ਸੋ ਇਹ ਜ਼ਰੂਰ ਇਨਾ ਕੋ ਤੁਸੀਂ ਮਤਲਬ ਕਿ ਸਹਿਯੋਗ ਜ਼ਰੂਰ ਕਰਿਆ ਕਰੋ ਇੱਥੇ ਨਹੀਂ ਜਿੱਥੇ ਵੀ ਜਾਣੇ ਜਿੱਥੋਂ ਤੁਹਾਨੂੰ ਬਹੁਤ ਵਧੀਆ ਚੀਜ਼ ਮਿਲਦੀ ਹੈ ਉਸ ਨੂੰ ਕਿਉਂਕਿ ਇਹ ਹਿਸਾਬ ਹੁੰਦਾ ਹੈ ਮਤਲਬ ਕਿ ਟਾਈਮ ਦਾ ਹਿਸਾਬ ਹੁੰਦਾ ਹੈ ਨਾ ਕਿ ਕਿੰਨਾ ਚਿਰ ਤੁਸੀਂ ਉਸ ਮਸ਼ਹੂਰੀ ਨੂੰ ਦੇਖਿਆ ਤੁਹਾਨੂੰ ਸਕਿਪ ਕਰ ਦਿਓ ਕਿਤਾ ਅਗਲੇ ਦਾ ਟਾਈਮ ਉਹ ਨਾ ਨਹੀਂ ਆਏਗਾ ਚਲੋ ਜਿੰਨੇ ਦੇਰ ਤੱਕ ਸਕਿਪ ਜਿਹੜਾ ਆਪਸ਼ਨ ਆ ਗਿਆ ਉਹ ਤੋਂ ਕਰ ਦਿਓ ਐਟ ਲੀਸਟ ਉਹਨਾਂ ਚਿਰ 5-10 ਸੈਕਿੰਡ ਤਾਂ ਦੇ ਦਿਓ 5-10 ਸੈਕਿੰਡ ਉਹ ਵੇਖੋ ਸਿਰ ਉਹ ਕਿਉਂਕਿ ਉਹ ਵੀ ਕੰਟਰੀਬਿਊਸ਼ਨ ਹੈ ਕਿਉਂਕਿ ਇਹਦੇ ਨਾਲ ਹੀ ਅੱਜ ਕੱਲ ਤਾਂ ਹੁਣ ਤੁਹਾਨੂੰ ਪਤਾ ਹੈ ਕੰਟੈਂਟ ਕ੍ਰੀਏਟਰ ਜਿਹੜੇ ਆ ਉਹ ਕਈ ਤੇ ਉਹਨਾਂ ਗੱਡੀਆਂ ਇਸ ਤਰ੍ਹਾਂ ਦੀਆਂ ਲਈ ਫਿਰਦੇ ਆ ਕਿ ਪਾਰਕਿੰਗ 'ਚ ਇੱਕ ਡਾਕਟਰ ਦੀ ਖੜੀ ਹੁੰਦੀ ਹੈ ਇੱਕ ਇੰਜੀਨੀਅਰ ਦੀ ਖੜੀ ਹੁੰਦੀ ਤੇ ਨਾਲ ਉਹਨੇ ਲਿਖਿਆ ਹੁੰਦਾ ਯੂਟਿਊਬਰ ਉਹਦੀ ਗੱਡੀ ਵੱਡੀ ਹੁੰਦੀ ਆ ਹਾਂ ਜੀ ਹਾਂ ਜੀ ਇਹ ਵੀ ਹੈ ਨਾ ਇਹ ਵੀ ਹੈ ਜੀ ਜੀ ਬਿਲਕੁਲ ਬਾਕੀ ਭਾਈ ਇਸ ਲਈ ਕੋਈ ਗੱਲ ਨਹੀਂ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਕੰਟ੍ਰਿਬਿਊਟਿੰਗ ਹੁੰਦਾ ਤੁਹਾਡਾ ਹਾਂ ਕ੍ਰੇਟ ਟਾਈਮ ਹੁੰਦਾ ਹੈ ਗਾਂਵ 'ਚ ਕਿਤੇ ਵੀ ਜਾਓ ਨਾ ਤੁਸੀਂ ਕਿਤੇ ਅੱਛਾ ਗੀਤ ਸੁਣ ਰਹੇ ਹੋ ਜੀ ਅੱਛੀ ਕੋਈ ਜਾਣਕਾਰੀ ਸੁਣ ਰਹੇ ਹੋ ਤਾਂ ਜ਼ਰੂਰ ਇਨਾ ਕੋ ਕਰ ਦੋ ਕਿ ਕਟੋ ਕਟ ਟੈਟਲਿਸਟ ਉਸਕੇ ਪਾਲਾ ਆਉਂਦੇ ਹਾਂ ਤੱਕ ਉਹ ਦੇਖ ਲਓ ਕੋਈ 5 10 ਸਕਿੰਟ ਹੀ ਰੋਇਨਾ ਕੀ ਆ ਵੈਸੇ ਆਪਾਂ ਕਹਿੰਦੇ ਹਾਂ ਨੇ ਫ੍ਰੀ ਚ ਫ੍ਰੀ ਚ ਕੁਝ ਨਹੀਂ ਹੁੰਦਾ ਡਾਟਾ ਤੇ ਆਪਣਾ ਲੱਗ ਰਿਹਾ ਹੁੰਦਾ ਟਾਈਮ ਲੱਗ ਰਿਹਾ ਹੁੰਦਾ ਫ੍ਰੀ ਚ ਕੁਝ ਨਹੀਂ ਮਿਲਦਾ ਆਪਾਂ ਜੀ 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 ਬਾਕੀ ਕੋਈ ਗੱਲ ਨਹੀਂ ਭਾਈ ਗੁੱਸਾ ਨਾ ਕਰੇ ਨਿੱਕੇ ਨਿੱਕੇ ਕਰਨਾ ਇਹ ਗੁੱਸਾ ਕਰਨ ਵਾਲੇ ਹੈ ਹੀ ਨਹੀਂ ਆ ਆਪਣੇ ਹਾਂਜੀ ਹਾਂਜੀ ਹਾਂਜੀ